ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਇਕੱਲੇ ਮਟਰਾਂ ਦੀ ਸਬਜ਼ੀ ਬਣਾਉਣੀ ਹੈ। ਇਕੱਲੇ ਮਟਰ ਬਣਾਵਾਂਗੇ ਅਤੇ ਗੰਢਾ ਲਸਣ ਅੱਧਾ ਕੁੱਟ ਕੇ ਪਾਵਾਂਗੇ ਆਪਾਂ। ਆ ਗੰਢਾ ਲਸਣ ਅੱਧਾ ਸਾਰਾ ਕੁਛ ਇਹ ਆਪਾਂ ਕੁੱਟ ਕੇ ਪਾਵਾਂਗੇ। इस तरह करके सारा जमा कुट लाँगे सवार के। लसन अद्धा कुटिया गया नाले गंढा। आप हम लूण मिर्च पावांगे। लूण मिर्च हल्दी गरम मसाला थोड़ी जी देगी मिर्च पावांगे। ਹੁਣ ਆਪਾਂ ਕੜਾਹੀ ਧਰਾਂਗੇ, ਤੜਕਾ ਲਾਵਾਂਗੇ। ਤੇਲ ਪਾਵਾਂਗੇ। ਕੜਛੀ ਤੇਲ ਦੀ ਪਾਤੀ। ਜੇ ਤੇਲ ਗਰਮ ਹੋ ਗਿਆ ਫਿਰ ਆਪਾਂ ਵਿੱਚ मसाला पावांगे। तेल गर्म हो गया हुण आपां मसाला पावांगे। ਮਤਲਬ ਟਮਾਟਰ ਵੀ ਪਾ ਦਿਆਂਗੇ ਨਾਲ ਭੁੱਜੀ ਜਾਊਗਾ ਇਹ। ਲਓ ਹੁਣ ਕੁਛ ਮਸਾਲਾ ਭੁੱਜ ਗਿਆ। ਆਪਾਂ ਥੋੜ੍ਹਾ ਜਿਹਾ ਪਾਣੀ ਪਾਵਾਂਗੇ ਕੁੰਡਾ ਧੋ ਕੇ। ਜਦੋਂ ਇਹ ਰਿੱਝਣ ਲੱਗ ਗਿਆ ਮਸਾਲਾ ਵਧੀਆ ਹੋਰ ਪਾਣੀ ਸੁੱਕ ਗਿਆ ਵਿੱਚੋਂ, ਫਿਰ ਆਪਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਅਤੇ ਫਿਰ ਮਟਰ ਪਾ ਦਿਆਂਗੇ। ਹੁਣ ਮਸਾਲਾ ਚੰਗੀ ਤਰ੍ਹਾਂ ਭੁੱਜ ਗਿਆ। ਆਪਾਂ ਪਾਣੀ ਪਾਉਣੇ ਆ ਪਹਿਲਾਂ। ਜਦੋਂ ਪਾਣੀ ਚੰਗੀ ਤਰ੍ਹਾਂ ਰਿੱਝਣ ਲੱਗ ਗਿਆ ਫਿਰ ਆਪਾਂ ਮਟਰ ਪਾ ਦਿਆਂਗੇ ਵਿੱਚ। ਉੱਤੋਂ ਢੱਕ ਦਿੰਦੇ ਹਾਂ ਆਪਾਂ। ਹੁਣ ਪਾਣੀ ਕੁਛ ਰਿੱਝਣ ਲੱਗ ਗਿਆ ਅਤੇ ਆਪਾਂ ਮਟਰ ਪਾ ਦਿੰਦੇ ਹਾਂ। ਪੂਰਾ ਗਰਮ ਹੋ ਗਿਆ, ਥੋੜ੍ਹਾ ਥੋੜ੍ਹਾ ਰਿੱਝਣ ਲੱਗ ਗਿਆ ਲੰਮਾ ਤੋਂ।
हूँ आप ढक देंगे हौली हौली रिझी जाऊगी। लो हम सब्जी अपनी बन गई, आप लावे इन्नी रसम से रखा हम आप लावे। 15 मिनट हो गए बनी जाते तो वधिया बन गई, मटर रिझ के बहुत वधिया बन गए, कल मटर ही है होर तो कुछ नहीं है। आप धनिया पावे थोड़ा जहा चीर के, सब्जी बहुत वधिया बन गई। कल्ले मटरां दी सब्जी बनाई है बहुत वधिया बन गई। जे साडी वीडियो पसंद लगी लाइक करो, शेयर करो, चैनल नूं सबसक्राइब करो।